ਜਲਦੀ ਤਾਂ ਵੱਢ ਲਾ, ਆਪਣੀ ਮਨਪ੍ਰੀਤ ਦਾ ਰਿਸ਼ਤਾ ਪੱਕਾ ਹੋ ਗਿਆ। ਉਹ ਪਹਿਲਾਂ ਤਾਂ ਗੱਲ ਦਾ ਲਕੋਰ ਰੱਖ ਲੈਣਾ, ਫੇਰ ਕਹਿਣਗੇ ਸਰਪ੍ਰਾਈਜ਼ ਰੱਖਿਆ। ਛੁੱਟੀਆਂ ਕੈਨਸਲ ਕਰਾਉਣੀਆਂ ਸੀ ਕਿਉਂ? ਮੈਂ ਤਾਂ ਇਹ ਕਿਹਾ ਸੀ ਸਾਰੇ ਇਕੱਠੇ ਚੱਲਾਂਗੇ, ਤੂੰ ਹੀ ਮੁੱਕ ਰਹੀ ਆ। ਅਜੇ ਤੈਨੂੰ ਆਈ ਨੂੰ 4 ਦਿਨ ਨਹੀਂ ਹੋਏ, ਤੂੰ ਆਉਂਦਿਆਂ ਹੀ ਫਰਕ ਵਾਲੀਆਂ ਗੱਲਾਂ ਕਰਨ ਲੱਗ ਗਈ। ਸਮਝ ਗਈ, ਮੈਂ ਆਪਦਾ ਘਰ ਛੱਡ ਕੇ ਆਈ ਆ ਇੱਥੇ। ਦਿਮਾਗ ਖਰਾਬ ਆ ਕਿਰਨ ਤੇਰਾ, ਜਿਹੜਾ ਕੁਛ ਮੂੰਹ ਚ ਆਇਆ ਬੋਲੀ ਜਾਂਦੀ ਆ। ਤੂੰ ਕਿਤੇ ਸਾਡੇ ਨਾਲ ਮਜ਼ਾਕ ਤਾਂ ਨਹੀਂ ਕਰਦੀ ਪਈ? ਕੋਈ ਮਜ਼ਾਕ ਨਹੀਂ ਕਰਦੀ ਪਈ, ਮੈਂ ਸੱਚ ਬੋਲ ਰਹੀ ਆ। ਦੁਖੀ ਕੀਤਾ ਪਿਆ ਮੈਨੂੰ ਉਸ ਟੱਬਰ ਨੇ, ਆ ਨਹੀਂ ਕਰਨਾ ਉਹ ਨਹੀਂ ਕਰਨਾ, ਨਾ ਮੇਰੀ ਆਪਦੀ ਕੋਈ ਜ਼ਿੰਦਗੀ ਨਹੀਂ, ਉਹਨਾਂ ਦੇ ਕਹੇ ਤੇ ਚੱਲੀ ਜਾਵਾਂ। ਚਾਹੇ ਜੋ ਮਰਜ਼ੀ ਆ, ਤੈਨੂੰ ਆਹ ਸਟੈਪ ਨਹੀਂ ਸੀ ਚੱਕਣਾ ਚਾਹੀਦਾ। ਚੁੱਪ ਕਰਨੀ, ਕਿਵੇਂ ਮੇਰੇ ਧੀ ਦੀਆਂ ਰਿਪੋਰਟਾਂ ਲੈਣ ਲੱਗੀ ਹੋਈ ਆ? ਚਾਹ ਪਾਣੀ ਤਾਂ ਉਹਨੂੰ ਕੀ ਪੁੱਛਣਾ, ਦਰਾਂ 'ਚ ਘੇਰੀ ਖੜੀ ਆ। ਤੂੰ ਪੁੱਤ ਅੰਦਰ ਆ, ਦੇਖ ਮੇਰੀ ਧੀ ਦਾ 4 ਦਿਨਾਂ 'ਚ ਭੋਰਾ ਕਾ ਮੂੰਹ ਨਿਕਲ ਆਇਆ, ਇੱਥੇ ਬੈਠਾ ਕੇ ਨੀ ਪਾਣੀ ਲਿਆ ਦੇ ਘੁੱਟ, ਕਿ ਮੈਂ ਡੁੰਨ ਵੱਟਾ ਬਣੀ ਖੜੀ ਆ। ਨੀ ਖੜੀ ਕੀ ਝਾਕੀ ਜਾਂਦੀ ਹੈ, ਜਹਾ ਹੋਣਾ। ਪੁੱਤ ਹੁਣ ਦੱਸ ਕੀ ਗੱਲ ਹੋਈ ਆ? ਕੀ ਦੱਸਾਂ ਮੰਮੀ, ਮੈਂ ਨੀ ਹੁਣ ਉਸ ਘਰ 'ਚ ਰਹਿ ਸਕਦੀ, ਮੇਰਾ ਉੱਥੇ ਸਾਹ ਘੁੱਟਦਾ ਵਾ, ਸਾਰੇ ਆਪੋ ਆਪਣੀ ਮਰਜ਼ੀ ਕਰਦੇ ਆ, ਮੇਰੀ ਕਿੱਥੇ ਕੋਈ ਸੁਣਦਾ। ਨੀ ਬੇੜਾ ਬਹਿ ਜਾਏ ਉਹਨਾਂ ਦਾ ਜਿਨ੍ਹਾਂ ਨੇ ਮੇਰੀ ਧੀ ਨੂੰ ਦੁਖੀ ਕੀਤਾ। ਤੂੰ ਮੈਨੂੰ ਵਿੱਚੋਂ ਗੱਲ ਦੱਸ ਕੀ ਆ? ਤੁਹਾਨੂੰ ਦੱਸਿਆ ਸੀ ਨਾ, ਸਾਡੇ ਘੁੰਮਣ ਜਾਣ ਦੀ ਗੱਲ ਹੋ ਰਹੀ ਆ। ਸੱਸ ਨਾ ਮੇਰੀ ਸਾਫ਼ ਸਾਫ਼ ਕਹੀ ਜਾਂਦੀ ਆ, ਜੇ ਜਾਣਾ ਤਾਂ ਸਾਰਿਆਂ ਨੇ ਜਾਣਾ, ਨਹੀਂ ਕਿਸੇ ਨੇ ਵੀ ਨਹੀਂ ਜਾਣਾ। ਦੱਸ, ਇਹ ਤਾਂ ਬਹੁਤ ਮਾੜੀ ਗੱਲ ਆ, ਤੇਰਾ ਤਾਂ ਨਵਾਂ ਨਵਾਂ ਵਿਆਹ ਹੋਇਆ, ਇਹ ਤਾਂ ਗਗਨ ਨੂੰ ਚਾਹੀਦਾ ਵੀ ਤੈਨੂੰ ਕੱਲੀ ਨੂੰ ਲੈ ਕੇ ਜਾਵੇ, ਨਾ ਉੱਥੇ ਜੇਠ ਜਾਣੀ ਦਾ ਦੱਸ ਕੀ ਕੰਮ ਆ। ਉਹ ਮੰਮੀ, ਉੱਥੇ ਕੋਈ ਨਹੀਂ ਮੰਨਦਾ ਮੇਰੀ, ਬਥੇਰਾ ਕਿਹਾ ਮੈਂ। ਆ ਜਿਹੜੀ ਮੇਰੀ ਸੱਸ ਆ ਨਾ, ਸੱਸ ਹਾਈ ਕੋਰਟ ਬਣੀ ਫਿਰਦੀ ਆ, ਜਿਵੇਂ ਇਹਦਾ ਫੈਸਲਾ ਆਖਰੀ ਫੈਸਲਾ ਹੋਵੇ। ਤੇਰੀ ਸੱਸ ਦਾ ਵੀ ਨਾ ਦਿਮਾਗ ਖਰਾਬ ਹੋਇਆ ਪਿਆ, ਨਾ ਤੇਰੇ ਜੇਠ ਜਾਣੀ ਬੁੜੇ ਹੋਏ ਪਏ ਨੇ, ਉਹ ਤੁਹਾਡੇ ਨਾਲ ਜਾਂਦੇ ਚੰਗੇ ਲੱਗਦੇ ਨੇ? ਉਹ ਕਾਹਨੂੰ ਬੁੜੇ ਹੋਏ ਆ, ਉਹਨਾਂ ਨੂੰ ਤਾਂ ਜਵਾਨੀ ਚੜੀ ਹੋਈ ਆ, ਜਿਵੇਂ ਸਾਡੇ ਤੋਂ ਵੱਧ ਜਵਾਨ ਹੁੰਦੇ ਆ। ਮੇਰਾ ਤਾਂ ਜੀ ਕਰਦਾ ਦੱਖੂ ਦਾਣੇ ਉਹਨਾਂ ਨੂੰ। ਮੈਂ ਆ ਲੈ ਕਿਰਨ ਪਾਣੀ। ਮੰਮੀ ਗੁੱਸਾ ਨਾ ਕਰਿਓ, ਪਰ ਮੈਂ ਇੱਕ ਗੱਲ ਫਿਰ ਵੀ ਜ਼ਰੂਰ ਕਹੂੰਗੀ, ਅੱਜ ਤੁਸੀਂ ਆਪਣੀ ਧੀ ਨੂੰ ਨਾ ਸਹੀ ਸਲਾਹ ਦਿਓ, ਪੁੱਠੀ ਮੱਤ ਨਾ ਪੜਾਇਓ। ਭਾਬੀ, ਤੂੰ ਤਾਂ ਪਹਿਲਾਂ ਹੀ ਮੇਰੇ ਖਿਲਾਫ਼ ਸੀ, ਤੈਨੂੰ ਤਾਂ ਹੋਰ ਮੌਕਾ ਮਿਲ ਗਿਆ ਮੈਨੂੰ ਬੋਲਣ ਦਾ। ਉਹ ਮਿੰਦੋ, ਤੈਨੂੰ ਮੈਂ ਕਿਰਨ, ਤੂੰ ਇੱਥੇ ਕਿਵੇਂ, ਪ੍ਰਾਹੁਣਾ ਕਿੱਥੇ ਆ? ਨਾ ਤੁਸੀਂ ਪ੍ਰਾਹੁਣੇ ਤੋਂ ਕੀ ਲੈਣਾ, ਮੈਂ ਆ ਗਈ ਨਾ, ਨਾਲੇ ਨਾ ਮੈਂ ਹੁਣ ਹਮੇਸ਼ਾ ਲਈ ਆ ਗਈ ਇੱਥੇ, ਮੈਂ ਨਹੀਂ ਜਾਣਾ। ਕੀ ਬੋਲੀ ਜਾਂਦੀ ਹੈ ਇਹ, ਤਾਂ ਚਪੇੜਾ ਤਾਂ ਨਹੀਂ ਖਾਣੀਆਂ ਮੇਰੇ ਤੋਂ? ਐਂ ਕਿਵੇਂ ਚਪੇੜਾ ਮਾਰ ਦੋਗੇ ਮੇਰੇ, ਕਿਉਂ, ਇਹ ਮੇਰਾ ਘਰ ਨਹੀਂ, ਇੱਥੇ ਨਹੀਂ ਆਉਂਗੀ ਤਾਂ ਹੋਰ ਕਿੱਥੇ ਜਾਊਂਗੀ, ਉਹਨਾਂ ਨਾਲ ਮੇਰੀ ਬਣੀ ਬੁਣੀ ਨਹੀਂ ਹੈਗੀ। ਉਹ ਮੇਰੇ ਤੋਂ ਜਵਾੜਾ ਨਾ ਕਢਾ ਲਈ ਆਪਣਾ, ਬਣੀ ਨਹੀਂ, ਗਾਹ ਗੁੱਡੇ ਗੁੱਡੀ ਦਾ ਖੇਲ ਆ ਇਹ। ਇਹਨੂੰ ਸਮਝਾ, ਸਮਝਾ ਇਹਨੂੰ ਮਾੜਾ ਜਿਹਾ, ਅਕਲ ਦੇ ਇਹਨੂੰ, ਕਿਵੇਂ ਰੁੱਸ ਕੇ ਆਈ ਆ, ਤੈਨੂੰ ਕਿਹਾ ਉਹਨਾਂ ਨੇ ਕੁਛ? ਨਾ ਮੈਨੂੰ ਕੋਈ ਕੁਛ ਕਹਿ ਸਕਦਾ, ਬਸ ਘੁੰਮਣ ਜਾਣ ਦੀ ਗੱਲ ਸੀ, ਕਹਿੰਦੇ ਸਾਰੇ ਜਾਣਗੇ ਜੇ ਜਾਣਗੇ, ਮੈਂ ਕਿਹਾ ਮੈਂ ਨਹੀਂ ਸਾਰਿਆਂ ਨਾਲ ਜਾ ਸਕਦੀ। ਨਾ ਸਾਰੇ ਜਾਣੇ ਕੀ ਤੇਰੇ ਦੰਦੀਆਂ ਵੱਢਦੇ ਸੀਗੇ, ਕਿਵੇਂ ਵੱਡੀ ਹੇਮਾ ਮਾਲਣੀ ਬਣੀ ਫਿਰਦੀ ਆ ਆਪਣੇ ਆਪ ਨੂੰ ਇਹ, ਕੱਲੀ ਜਾਊਂਗੀ ਮੈਂ। ਉਹ ਭੋਰਾ, ਇਹਨੂੰ ਸਮਝਾ, ਅਕਲ ਦੇ ਇਹਨੂੰ, ਚੱਲ ਬਾਬਾ ਜਾ ਉੱਥੇ। ਚੁੱਪ, ਤੇਰੇ ਇਹਨੇ ਕੀ ਮਾੜਾ ਕਰਤਾ, ਕਿਵੇਂ ਆਉਂਦਾ ਹੀ ਕੁੜੀ ਦੇ ਮਗਰ ਪੈ ਗਿਆ।
ਉਹ ਮੇਰਾ ਮਾੜਾ ਕੀ ਕਰਨਾ ਇਹਨੇ? ਇਹ ਤਾਂ ਆਪਣਾ ਮਾੜਾ ਆਪ ਹੀ ਕਰੀ ਜਾਂਦੀ ਆ। ਤੂੰ ਪਹਿਲਾਂ ਇਹ ਦੱਸ, ਤੂੰ ਆਈ ਕਾਹਦੇ ਤੇ ਆ? ਬੱਸ ਆਈ ਆ ਜਾਂ ਗੱਡੀ ਕਰਕੇ ਆਈ ਆ? ਜਿਹਦੇ ਮਰਜ਼ੀ ਆਈ ਹੋਵਾਂ, ਤੁਹਾਨੂੰ ਕੀ ਆ? ਮੈਥੋਂ ਨਾ ਲਫੇੜਾ ਨਾ ਖਾ ਲਈ, ਜਿਹੜਾ ਕੁਝ ਪੁੱਛੇ ਨਾ ਉਹਦਾ ਜਵਾਬ ਦੇ। ਕਾਹਦੇ ਆਈ ਆ? ਆਟੋ ਤੇ ਆਈ ਆ। ਕਿਵੇਂ ਹੁੱਬ ਕੇ ਦੱਸਦੀ ਆ ਵੀ ਮੈਂ ਆਟੋ ਤੇ ਆਈ ਆ? ਉਹ ਮਾਂ ਦੀ ਮੋਰ ਨੀ ਕਿਉਂ ਸਾਡੀ ਬੇਇੱਜ਼ਤੀ ਕਰਾਉਣੀ ਆ ਨਾਲੇ ਉਹਨਾਂ ਦੀ? ਉਹ ਬਸ ਕਰ ਦੇ, ਤੁਸੀਂ ਤਾਂ ਦੋਨੇ ਜੀ ਮੇਰੀ ਧੀ ਨੂੰ ਵੈਸੇ ਨਹੀਂ ਦੇਖ ਕੇ ਜਰਦੇ, ਉਹਦੇ ਵੀ ਕੋਈ ਚਾਲ ਆੜ ਨੇ? ਚਾਲ ਆੜ ਦੇ ਚੱਟ ਲੋ ਜਿਹੜਾ ਘਰ ਬਰਬਾਦ ਕਰਕੇ ਆ ਗਈ। ਚੱਲ ਖੜੀਓ, ਮੈਂ ਬੈਗ ਲੈ ਕੇ ਆ ਗਈ ਸੱਜ ਕੇ, ਚੱਲ ਤਾਂ ਛੱਡ ਕੇ ਆਵਾਂ। ਕੁੜੀ ਜੀ ਕਿ ਮੈਂ ਧੱਕਾ ਮੁੱਕੀ ਕਰਨ ਲੱਗਿਆ, ਮੈਂ ਨਹੀਂ ਤੋਰਨੀ ਕੁੜੀ। ਲੈ ਕਿਉਂ ਨਹੀਂ ਤੋਰਨੀ ਹੈਗੀ? ਹੈਂ, ਫਿਰ ਵਿਆਹ ਹੀ ਕਾਸ ਨੂੰ ਸੀਗੀ ਜੇ ਤੋਰਨੀ ਨਹੀਂ? ਉਹ ਮੈਂ ਆਪਣੀ ਧੀ ਇਸ ਕਰਕੇ ਨਹੀਂ ਵਿਆਹੀ ਸੀ ਵੀ ਉੱਥੇ ਜਾ ਕੇ ਰੋਵੇ, ਮੈਂ ਤਾਂ ਉਹਨਾਂ ਦੀ ਅਕਲ ਟਿਕਾਣੇ ਲਿਆ ਕੇ ਹਟੂ। ਜੇ ਅਕਲ ਟਿਕਾਣੇ ਨਾ ਲਿਆਂਦੀ ਤੇ ਮੇਰਾ ਨਾਂ ਵੀ ਚੰਨੀ ਨਹੀਂ ਹੈਗਾ। ਇਹ ਕਹਾ ਧਮਕੀ ਮਿਲੀ ਹੋਈ ਆ, ਮੇਰਾ ਨਾਂ ਚੰਨੀ ਨਹੀਂ ਹੈਗਾ ਜੇ ਮੈਂ ਆਹ ਨਾ ਕਰਤਾ। ਉਹ ਮੰਮੀ ਇਹਨੂੰ ਇੱਕ ਵਾਰ ਪੁੱਛ, ਉੱਥੇ ਦੱਸ ਕੇ ਆਈ ਆ ਕਿਸੇ ਨੂੰ ਵੀ ਤੂੰ ਇੱਥੇ ਆਉਣ ਲੱਗੀ ਆ? ਬੋਲ ਪਾ। ਨਹੀਂ। ਵਾਹ ਤੇਰੇ, ਆ ਦੇਖ ਲੈ ਇਹਦੀ ਕਰਤੂਤ, ਦੱਸ ਕੇ ਵੀ ਨਹੀਂ ਆਈ, ਅਗਲਾ ਭਾਵੇਂ ਸਾਰਾ ਮਹੱਲਾ ਛਾਣ ਮਾਰੇ। ਹੋਰ ਲੈ ਲੈ ਇਹਦੀ ਸਾਈਡ, ਜੇ ਇਹਦੀ ਸਾਈਡ ਲੈਂਦੇ ਰਹੇ ਨਾ ਅੱਖਾਂ 'ਚ ਘਸੁੰਨ ਦੇਦੇ ਰਹੋਗੇ। ਉਹ ਘਸੁੰਨ ਤਾਂ ਮੈਂ ਅੱਖਾਂ 'ਚ ਦੇ ਕੇ ਹੁਣ ਵੀ ਰੋਨੀ ਆ, ਜੇ ਮੈਂ ਤੋਰਤੀ ਉਹ ਕੁੱਟਣ ਮਾਰਨਗੇ, ਫਿਰ ਦੱਸ ਮੈਂ ਕੀ ਕਰੂੰਗੀ। ਉਹਨਾਂ ਤੋਂ ਭਾਵੇਂ ਇਹ ਕੁੱਟ ਖਾਵੇ ਨਾ ਖਾਵੇ, ਮੈਥੋਂ ਇਹਨੇ ਜ਼ਰੂਰ ਜਬੜਾ ਬਣਾ ਲੈਣਾ ਆਪਣਾ। ਬੇਅਕਲ ਕਿਸੇ ਥਾਂ ਦੀ, ਭੋਰਾ ਸਾਡੀ ਇੱਜ਼ਤ ਦਾ ਖਿਆਲ ਤਾਂ ਰੱਖ ਲਾ, ਉਹ ਸਾਡੀ ਤਾਂ ਨਹੀਂ ਰੱਖਣਾ, ਭੂਆ ਦੀ ਇੱਜ਼ਤ ਦਾ ਖਿਆਲ ਤਾਂ ਰੱਖ ਲਾ ਜਿਹਨੇ ਰਿਸ਼ਤਾ ਕਰਾਇਆ। ਸੌ ਸੌ ਗੱਲਾਂ ਸੁਣਨ ਨੂੰ ਥਾਂ ਕਰਤੀ ਇਹਨੇ। ਲੈ ਬਹਿ ਜਾ, ਕਰ ਲਾ ਆਰਾਮ। ਵੱਡੀ ਤੂੰ ਕਸਰਤ ਕਰਕੇ ਆਈ ਹੈ ਨਾ ਉੱਥੇ, ਆਹੀ ਕੁੱਟਕਲੇ ਸੋਥੇ ਕਰਕੇ ਆਈ ਹੋਏਗੀ, ਸਮਝਾ ਇਹਨੂੰ। ਕਿਰਨਾ, ਕਿਰਨਾ, ਕਿਰਨ ਪਾਣੀ ਲਈ, ਕਿਰਨ ਕਿੰਨੀਆਂ ਹਾਕਾਂ ਮਾਰਤੀਆਂ ਤੈਨੂੰ, ਕਿੱਥੇ ਆ? ਹੈਲੋ, ਦੇਖਦਾ ਜਾ ਕੇ। ਕਿਰਨ, ਇੱਧਰ ਵੀ ਨਹੀਂ ਹੈ। ਮੰਮੀ ਮੈਂ ਕਿੰਨੀਆਂ ਆਵਾਜ਼ਾਂ ਮਾਰ ਲਈਆਂ ਕਿਰਨ ਨੂੰ, ਤੁਸੀਂ ਦੇਖਿਆ ਉਹਨੂੰ ਕਿੱਥੇ ਆ? ਉਹ ਪੁੱਤ ਇੱਧਰ ਉੱਧਰ ਕੀ ਲੱਭਦਾ ਫਿਰਦਾ, ਆਪਦੇ ਕਮਰੇ 'ਚ ਹੀ ਹੋਣੀ ਆ, ਉਹਨੇ ਕਿੱਥੇ ਜਾਣਾ? ਮੰਮੀ ਮੈਂ ਕਮਰੇ 'ਚੋਂ ਹੀ ਆਇਆ, ਉੱਧਰ ਹੈ ਨਹੀਂ ਉਹ, ਕਿੱਥੇ ਗਈ ਉਹ? ਜੇ ਕਮਰੇ 'ਚ ਵੀ ਨਹੀਂ ਹੈਗੀ, ਇੱਧਰ ਵੀ ਨਹੀਂ ਹੈਗੀ, ਫਿਰ ਪੱਕਾ ਰੋਜੀ ਕੋਲ ਹੋਊਗੀ, ਉੱਥੇ ਜਾ ਕੇ ਦੇਖ। ਚਲੋ ਦੇਖਦਾ ਮੈਂ। ਇੱਥੇ ਵੀ ਨਹੀਂ ਹੈ। ਭਾਬੀ ਤੁਸੀਂ ਦੇਖਿਆ ਕਿਰਨ ਨੂੰ ਕਿਤੇ? ਕਿਰਨ ਨੂੰ? ਉਹ ਆਪਣੇ ਕਮਰੇ 'ਚ ਹੀ ਹੋਊਗੀ, ਮੇਰੇ ਕੋਲੋਂ ਕਿੱਥੇ ਆਈ ਆ? ਲੈ ਦੇਖ ਲਓ ਮੰਮੀ, ਇੱਥੇ ਵੀ ਨਹੀਂ ਆਈ, ਕਿੱਥੇ ਗਈ ਉਹ? ਲੈ ਪੁੱਤ ਤੂੰ ਐਂ ਕਰ, ਉਹਨੂੰ ਫੋਨ ਕਰਕੇ ਦੇਖ, ਫਿਰ ਪਤਾ ਲੱਗ ਜੂ ਕਿੱਥੇ ਗਈ ਆ। ਹਾਂ ਫੋਨ ਕਰਕੇ ਦੇਖਦਾ ਹਾਂ, ਇੱਕ ਮਿੰਟ। ਮੰਮੀ ਉਹਨੇ ਫੋਨ ਕੱਟਤਾ ਮੇਰਾ। ਫੋਨ ਕੱਟਤਾ ਤੇਰਾ? ਇੱਕ ਮਿੰਟ ਮੈਂ ਦੇਖਦੀ ਹਾਂ।
ਮੇਰਾ ਫੋਨ ਵੀ ਕੱਟਤਾ। ਇਹਦਾ ਮਤਲਬ ਉਹ ਘਰੇ ਹੈ ਹੀ ਨਹੀਂ। ਫੋਨ ਕੱਟੀ ਜਾਂਦੀ ਆ, ਘਰੇ ਵੀ ਨਹੀਂ ਹੈਗੀ। ਮੇਰੀਆਂ ਤਾਂ ਲੱਤਾਂ ਕੰਬੀ ਜਾਂਦੀਆਂ, ਉਹਨੂੰ ਦੇਖੋ ਕਿੱਥੇ ਆ। ਮੰਮੀ ਤੁਸੀਂ ਨਾ ਡਰੋ, ਕੁਛ ਨਹੀਂ ਹੁੰਦਾ। ਗਗਨ ਮੈਨੂੰ ਐਂ ਦੱਸ, ਤੂੰ ਉਹਦੇ ਨਾਲ ਕਿਸੇ ਗੱਲੋਂ ਬਹਿਸਿਆ ਤਾਂ ਨਹੀਂ? ਤੇਰੀ ਉਹਦੇ ਨਾਲ ਲੜਾਈ ਤਾਂ ਨਹੀਂ ਹੋਈ? ਲੜਾਈ ਤਾਂ ਕੋਈ ਨਹੀਂ ਹੋਈ ਭਾਬੀ, ਪਰ ਹਾਂ ਬਹਿਸ ਜ਼ਰੂਰ ਹੋਈ ਸੀ ਘੁੰਮਣ ਜਾਣ ਪਿੱਛੇ। ਲੈ ਦੱਸ, ਇਹਦਾ ਮਤਲਬ ਉਹ ਇਸੇ ਗੱਲ ਪਿੱਛੇ ਗੁੱਸੇ ਹੋਈ ਹੋਈ ਆ। ਦੇਖੋ ਭਾਈ, ਸਾਡੇ ਪਿੱਛੇ ਨਾ ਤੁਸੀਂ ਆਪਣਾ ਘਰ ਨਾ ਖਰਾਬ ਕਰੋ, ਤੁਸੀਂ ਇਕੱਲੇ ਹੀ ਜਾਇਓ। ਉਹ ਚਲੇ ਤਾਂ ਜਾਈਏ ਭਾਬੀ, ਪਰ ਪਤਾ ਤਾਂ ਲੱਗੇ ਇਹ ਹੈ ਕਿੱਥੇ ਆ। ਜਵਾਕਾਂ ਨੇ ਆ ਗੱਲਾਂ ਕਰਦੀ ਆ, ਦੁਖੀ ਕੀਤਾ ਪਿਆ ਇਹਨੇ, 14 ਦਿਨਾਂ ਚ ਭੂਤ ਨਹੀਂ ਕਮਾਈ ਪਈ ਆ। ਗਗਨ ਤੂੰ ਕੱਲਾ ਦੁਖੀ ਨਹੀਂ ਹੈਗਾ, ਸਾਰੇ ਹੀ ਦੁਖੀ ਨੇ। ਇਹੋ ਜਿਹਾ ਤਾਂ ਕਦੇ ਕੁਛ ਹੋਇਆ ਨਹੀਂ ਆਪਣੇ ਘਰ ਚ ਜਿਹੜਾ ਹੁਣ ਹੋਣ ਲੱਗ ਗਿਆ। ਮੈਨੂੰ ਲੱਗਦਾ ਨਾ ਇਹ ਸਾਰਾ ਕੁਛ ਟੂਰ ਤੇ ਜਾਣ ਪਿੱਛੇ ਹੁੰਦਾ ਪਿਆ। ਤੂੰ ਚਲੇ ਜਾਂਦਾ, ਅੱਗੇ ਕਿਹੜਾ ਉਹ ਟੂਰ ਤੇ ਹੀ ਜਾਂਦੇ ਫਿਰਦੇ ਨੇ। ਲੈ ਹੁਣ ਸਾਰਾ ਕਸੂਰ ਮੇਰੇ ਚ ਹੀ ਕੱਢੀ ਜਾਇਆ ਕਰੋ, ਮੈਂ ਉਹਦੇ ਕੱਲੀ ਬਾਰੇ ਨਹੀਂ ਸੋਚਦਾ, ਮੈਨੂੰ ਮੇਰਾ ਸਾਰਾ ਪਰਿਵਾਰ ਜ਼ਰੂਰੀ ਆ। ਗਗਨ ਗੁੱਸਾ ਨਾ ਕਰੀ, ਤੇਰਾ ਪਹਿਲਾ ਪਰਿਵਾਰ ਕਿਰਨ ਆ, ਤੇਰਾ ਸਾਡੇ ਬਿਨਾਂ ਤਾਂ ਸਰਜੂ ਪਰ ਉਹਦੇ ਬਿਨਾਂ ਨਹੀਂ ਸਰਨਾ। ਭਾਬੀ ਤੁਸੀਂ ਹੁਣ ਇਹ ਗੱਲਾਂ ਕਰੋਗੇ, ਤੁਸੀਂ ਮੇਰੇ ਮਾਂ ਵਰਗੇ ਹੋ ਤੇ ਵੀਰਾ ਮੇਰੇ ਪਿਓ ਵਰਗਾ, ਮੈਂ ਤੁਹਾਡੇ ਦੋਨਾਂ ਚ ਕਦੇ ਕੋਈ ਫਰਕ ਨਹੀਂ ਸਮਝਿਆ। ਮੇਰੇ ਲਈ ਤੁਸੀਂ ਪਹਿਲਾਂ ਤੇ ਉਹ ਬਾਅਦ ਚੋਂ ਆ। ਗਗਨ ਜੇ ਤੂੰ ਮੈਨੂੰ ਮਾਂ ਦੀ ਥਾਂ ਤੇ ਸਮਝਦਾ ਨਾ ਤਾਂ ਗੱਲ ਵੀ ਮੰਨ, ਉਹਨੂੰ ਦੇਖੋ ਕਿੱਥੇ ਆ ਉਹ। ਠੀਕ ਆ ਭਾਬੀ। ਉਹ ਦੇਵ, ਉਹ ਰਮੇਸ਼ ਛੁੱਟੀ ਮੰਗਦਾ 10 ਦਿਨ ਦੀ, ਉਹ ਤੇਰੀ ਗੱਲ ਹੋਈ ਕੋਈ ਉਹਦੇ ਨਾਲ? ਉਹ ਤੇਰਾ ਫੋਨ ਵੀ ਵੱਜੀ ਜਾਂਦਾ, ਫੋਨ ਤਾਂ ਚੱਕ ਲਾ, ਜਵਾਬ ਕਿਉਂ ਨਹੀਂ ਦਿੰਦਾ? ਦੇਵ ਕੀ ਹੋਇਆ? ਹੋਰ ਚਾਚਾ ਜੀ ਕਿੱਦਾਂ, ਠੀਕ ਹੋ? ਉਹ ਮੈਂ ਤਾਂ ਠੀਕ ਹਾਂ, ਉਹ ਤੈਨੂੰ ਕੀ ਹੋਇਆ? ਉਹ ਤੈਨੂੰ ਕਦੋਂ ਦੇ ਵਾਜਾਂ ਮਰੀ ਜਾਂਦਾ, ਲੱਗਦਾ ਘਰੇ ਕਲੇਸ਼ ਹੋਇਆ। ਹਾਂਜੀ ਚਾਚਾ ਜੀ, ਕਲੇਸ਼ ਹੀ ਹੋਇਆ। ਹੁਣ ਤਾਂ ਇਹ ਨਹੀਂ ਸਮਝ ਆਉਂਦਾ ਹੈਗਾ ਵੀ ਇਹ ਚਾਹੁੰਦੀਆਂ ਕੀ ਨੇ, ਮੇਰੇ ਇਹ ਨਹੀਂ ਸਮਝ ਆਉਂਦਾ ਵੀ ਮੈਂ ਕਰਾਂ ਕੀ ਨਾ ਕਰਾਂ। ਜਦੋਂ ਘਰੇ ਜਾਓ ਕੋਈ ਨਾ ਕੋਈ ਨਵੀਂ ਚੀਜ਼ ਸੁਣਨ ਨੂੰ ਮਿਲਦੀ ਆ। ਉਹ ਲੋਕਾਂ ਦੇ ਇੰਨੇ ਘਰ ਵੱਸਦੇ ਨੇ, ਮੇਰੇ ਨਾਲ ਹੀ ਕਿਉਂ ਇਹੋ ਜਿਹਾ ਕੁਛ ਹੁੰਦਾ? ਉਹ ਪੁੱਤ ਆਪਣੇ 'ਚ ਹੁਣ ਫਰਕ ਵੀ ਬਹੁਤ ਪੈ ਚੁੱਕਿਆ, ਨਿੱਕੀ ਨਿੱਕੀ ਗੱਲ ਵੀ ਵੱਡੀ ਬਣ ਜਾਂਦੀ ਆ, ਜੇ ਟਿਕਾਉਣੀ ਹੋਵੇ ਨਾ ਵੱਡੀ ਗੱਲ ਵੀ ਟਿਕ ਜਾਂਦੀ ਆ। ਪਰ ਚਾਚਾ ਜੀ ਇੱਥੇ ਤਾਂ ਨਵਾਂ ਹੀ ਹੋਰ ਜੱਬ ਪੈਂਦਾ। ਉਹ ਜਿਹੜੀ ਚੀਜ਼ ਆਪਾਂ ਕਦੇ ਸੁਣੀ ਨਹੀਂ, ਜਿਹੜੀ ਚੀਜ਼ ਕਦੇ ਆਪਾਂ ਦੇਖੀ ਨਹੀਂ, ਉਹ ਕੁਛ ਘਰੇ ਹੁੰਦਾ ਪਿਆ। ਉਹ ਬੇਟਾ ਤੂੰ ਲੋੜ ਨਾ ਲੈ ਜਾਦੇ ਦਿਮਾਗ 'ਤੇ, ਟੈਨਸ਼ਨ ਨਾ ਲੈ ਜਾਦੇ, ਉਹ ਮੈਨੂੰ ਤਾਂ ਤੇਰੇ 'ਤੇ ਤਰਸ ਆਉਂਦਾ। ਇੱਕ ਦਿਲ ਕਰਦਾ ਨਾ ਮੈਂ ਮਕਾਨ ਬਾਹਰ ਕਿਰਾਏ 'ਤੇ ਲੈ ਲੈਂਦਾ, ਰੋਜ਼ ਰੋਜ਼ ਕ੍ਰੇਸ਼ ਨਾਲ ਤਾਂ ਚੰਗਾ ਹੀ ਆ। ਉਹ ਚਾਚਾ ਜੀ ਇਹੋ ਜਿਹੀ ਗੱਲ ਹੀ ਨਹੀਂ ਹੈਗੀ ਕੋਈ, ਉਹ ਮੰਮੀ ਅਤੇ ਚਾਚੀ ਨਹੀਂ ਲੜੀਆਂ ਆਪਸ 'ਚ, ਗੱਲ ਹੋਰ ਕਿਸੇ ਕਿਵੇਂ ਸਮਝਾਵਾਂ ਚਾਚਾ ਜੀ ਤੁਹਾਨੂੰ। ਕਿਰਨ ਆ ਗਈ, ਘਰੇ ਬੈਠੀ ਆ, ਉੱਥੋਂ ਆਈ ਆ, ਦੱਸਿਆ ਵੀ ਕੁਛ ਨਹੀਂ। ਉਹ ਆਹ ਤਾਂ ਬਹੁਤ ਗਲਤ ਕੰਮ ਹੋ ਗਿਆ, ਉਹ ਹਾਲੇ 3-4 ਦਿਨ ਹੋਏ ਵਿਆਹ ਹੋਏ ਨੂੰ, ਹੁਣੇ ਘਰੇ ਆ ਗਈ। ਉਹ ਚਲੋ ਆਪਾਂ ਛੱਡ ਕੇ ਆਈਏ, ਉਹ ਐਂ ਤਾਂ ਕੁੜੀ ਦਾ ਘਰ ਖਰਾਬ ਹੋ ਜੂ। ਮੈਂ ਗੱਲ ਕਰਦਾ। ਚਾਚਾ ਜੀ ਕੀ ਗੱਲ ਕਰੋਗੇ,
ਜਿਹੜੀ ਗੱਲ ਤੁਸੀਂ ਕਰਨੀ ਆ ਮੈਂ ਕਰ ਚੁੱਕਿਆ। ਮੰਮੀ ਮੂਹਰੇ ਪ੍ਰਧਾਨ ਬਣੀ ਬੈਠੀ ਆ, ਉਹ ਕਹਿੰਦੀ ਮੈਂ ਤਾਂ ਧੀ ਤੋਰਨੀ ਨਹੀਂ ਹੈਗੀ, ਜੋ ਮਰਜ਼ੀ ਕਰ ਲਓ, ਜੇ ਉਹਨੂੰ ਕੁੱਟਣਗੇ ਮਾਰਨਗੇ, ਉਹਦੇ ਕੰਨ 'ਤੇ ਕੋਈ ਜੂ ਨਹੀਂ ਸਰਕਦੀ। ਉਹ ਲੈ ਦੱਸ, ਉਹ ਭੈਣ ਜੀ ਵੀ ਨਾ, ਉਹ ਕੁੜੀ ਦਾ ਘਰ ਵਸਾਈ ਦਾ ਹੁੰਦਾ, ਉਜਾੜੀ ਦਾ ਥੋੜ੍ਹੀ ਆ। ਉਹ ਤੂੰ ਕੁੜੀ ਨੂੰ ਪੁੱਛਿਆ ਕਿਉਂ ਲੜਕੇ ਆਈ ਉਹਨਾਂ ਨਾਲ? ਲੜਕੇ ਛੋਟੀ ਜਿਹੀ ਗੱਲ ਪਿੱਛੇ, ਘੁੰਮਣ ਜਾਣਾ ਸੀਗਾ। ਉਹ ਪ੍ਰਾਹੁਣਾ ਕਹਿੰਦਾ ਹੋਣਾ ਵੀ ਜੇਠ ਜਠਾਣੀ ਆ ਜਿਹੜੇ ਉਹ ਨਾਲ ਚੱਲਣਗੇ, ਇਹ ਕਹਿੰਦੀ ਮੈਂ ਨਾਲ ਨਹੀਂ ਲੈ ਕੇ ਜਾਣ ਦੇਣੇ, ਆਪਾਂ ਇਕੱਲੇ ਚੱਲਾਂਗੇ, ਆਹ ਗੱਲ 'ਤੇ ਲੜਕੇ ਆਈ ਆ। ਉਹ ਦੇਵ, ਉਹ ਕੁੜੀ ਵਿੱਚ ਤਾਂ ਪੂਰਾ ਹਾਜ਼ਮਾ ਨਹੀਂ ਹੈਗਾ, ਉਹ ਵੀ ਉੱਥੇ ਪੂਰੀ ਖੁੱਲ੍ਹ ਪਾਲਦੀ ਆ, ਉਹਨੂੰ ਇਹ ਨਹੀਂ ਪਤਾ ਉਹ ਪੇਕੇ ਨਹੀਂ ਸਹੁਰਾ ਘਰ ਆ ਉਹਦਾ। ਚਾਚਾ ਜੀ ਗੱਲ ਇਹ ਆ, ਮੰਮੀ ਨੇ ਨਾ ਸ਼ੁਰੂ ਤੋਂ ਹੀ ਵਿਗਾੜ ਕੇ ਰੱਖੀ ਹੋਈ ਆ। ਉਹ ਕੋਈ ਵੀ ਗਲਤੀ ਕਰਦੀ ਆ ਉਹਦੀ ਗਲਤੀ ਦੇ ਉੱਤੇ ਫੁੱਲ ਪਾ ਦਿੰਦੇ ਆ ਵੀ ਨਹੀਂ ਇਹ ਗਲਤ ਤਾਂ ਹੈ ਹੀ ਨਹੀਂ, ਇਹ ਹੋ ਹੀ ਨਹੀਂ ਸਕਦੀ। ਨਾਲ ਹੀ ਉਹ ਰੋਣ ਲੱਗ ਜਾਂਦੀ ਆ, ਜਦੋਂ ਉਹ ਰੋਂਦੀ ਆ ਮੰਮੀ ਚੁੱਪ ਕਰਾਉਣ ਲੱਗ ਜਾਂਦੀ ਆ, ਅਸੀਂ ਜੇ ਕੁਛ ਕਹਿੰਦੇ ਹਾਂ ਤਾਂ ਸਾਨੂੰ ਉਲਟਾ ਬੋਲਣ ਲੱਗ ਜਾਂਦੇ ਆ ਵੀ ਤੁਸੀਂ ਕੁੜੀ ਰਵਾਤੀ, ਇੱਥੇ ਦੱਸੋ ਹੁਣ ਅਸੀਂ ਕੀ ਕਰੀਏ। ਕਹਿ ਵੀ ਨਹੀਂ ਸਕਦੇ, ਨਾ ਅਕਲ ਦੀ ਗੱਲ ਦੱਸ ਸਕਦੇ ਹਾਂ, ਨਾ ਉਹਨੂੰ ਕੁਛ ਇਹ ਕਹਿ ਸਕਦੇ ਵੀ ਤੇਰੀ ਗਲਤੀ ਆ। ਜੇ ਉਹਨੂੰ ਗਲਤੀ ਕਹਿ ਦੇ ਵੀ ਤੇਰੀ ਹੈਗੀ ਆ, ਉਹ ਮਾਂ ਦੀ ਧੀ ਨੇ ਗਲਤੀ ਮੰਨਣੀ ਨਹੀਂ, ਐਂਡ 'ਤੇ ਜਾ ਕੇ ਸਾਨੂੰ ਕਹਿਣਾ ਪੈਂਦਾ ਭਾਈ ਸਾਨੂੰ ਮਾਫ ਕਰ ਦੇ ਵੀ ਸਾਡੇ ਤੋਂ ਗਲਤੀ ਹੋ ਗਈ ਜਿਹੜੀ ਅਸੀਂ ਤੈਨੂੰ ਤੇਰੀ ਗਲਤੀ ਗਿਣਾਤੀ। ਆਹ ਹੁਣ ਦੀ ਗੱਲ ਲੈ ਲਓ, ਹੁਣ ਮੈਂ ਕਿਹਾ ਵੀ ਕੁੜੀ ਦੀ ਗਲਤੀ ਆ, ਦੱਸੇ ਬਗੈਰ ਆਈ ਆ, ਵੀ ਤੁਸੀਂ ਵਾਪਸ ਤੋਰ ਦਿਓ। ਮੰਮੀ ਕਹਿੰਦੀ ਨਾ, ਅਸੀਂ ਤਾਂ ਸਬਕ ਸਿਖਾਵਾਂਗੇ ਉਹਨਾਂ ਨੂੰ। ਉਹਨਾਂ ਨੂੰ ਕਿਹੜਾ ਸਬਕ ਸਿਖਾਉਣਾ, ਮੇਰੇ ਸਮਝ ਨਹੀਂ ਆਉਂਦੀ। ਉਹ ਮੁੰਡਿਆ ਸਬਕ ਤਾਂ ਇਹਨਾਂ ਨੇ ਆਪੇ ਸਿੱਖ ਲੈਣਾ, ਜੇ ਕੁੜੀ ਘਰੇ ਬਹਿ ਗਈ ਨਾ ਤਾਂ ਥੂ ਥੂ ਹੋ ਜਾਣੀ ਆ, ਉਹ ਤੇਰਾ ਤਾਂ ਡਰ ਹੀ ਨਹੀਂ ਮੰਨਦੇ ਆ, ਡੰਡਾ ਚੱਕ ਲਾ ਹੁਣ। ਮੰਮੀ ਦਾ ਫੋਨ। ਹੈਲੋ, ਸਤਿ ਸ੍ਰੀ ਅਕਾਲ ਪੁੱਤ, ਕੀ ਹਾਲ ਆ ਤੇਰਾ, ਠੀਕ ਹੈ ਤੂੰ? ਹਾਂਜੀ, ਬਸ ਠੀਕ ਹੀ ਆ, ਜਿਹੜਾ ਟਾਈਮ ਨਿਕਲੀ ਜਾਂਦਾ ਉਹ ਵਧੀਆ। ਐਂ ਔਖੀ ਕਾਤੇ ਬੋਲਦੀ ਪਈ ਆ, ਕੀ ਗੱਲ, ਕੋਈ ਗੱਲ ਹੋਈ ਆ ਘਰ ਵਿੱਚ? ਕੁਛ ਨਹੀਂ ਮੰਮੀ, ਆ ਕਿਰਨ ਦੇ ਪੰਗੇ ਪਾਏ ਹੋਏ ਨੇ ਸਾਰੇ, ਪਤਾ ਨਹੀਂ ਇਹਨੂੰ ਕਿੱਦੇ ਸਮਝ ਆਉਣੀ ਆ ਤੇ ਕਿੱਦੇ ਨਹੀਂ ਆਉਣੀ। ਉਹਦਾ ਤਾਂ ਵਿਆਹ ਹੋ ਗਿਆ, ਆਪਣੇ ਘਰ ਚਲੀ ਗਈ, ਫਿਰ ਕੀ ਕਰ ਦਿੱਤਾ ਕਿਰਨ ਨੇ ਹੁਣ? ਉਹ ਬਸ ਮੰਮੀ, ਜਿਹਨੂੰ ਆਦਤ ਪਈ ਹੋਵੇ ਨਾ ਲੜਨ ਦੀ, ਉਹ ਲੜੇ ਬਿਨਾਂ ਰਹਿ ਨਹੀਂ ਸਕਦਾ। ਹੁਣ ਮਾੜੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇਗੀਆਂ, ਕਿਹੜੀ ਕਿਹੜੀ ਗੱਲ ਤੁਹਾਨੂੰ ਦੱਸਾਂ ਤੇ ਕਿਹੜੀ ਨਾ ਦੱਸਾਂ। ਲੱਗਦਾ ਮੇਰੀ ਧੀ ਨੇ ਆਪਣੀ ਮਾਂ ਕੋਲ ਦੁੱਖ ਫਰੋਲਣਾ ਨਹੀਂ। ਚੱਲ ਕੋਈ ਨਾ, ਨਾ ਦੱਸ, ਮੈਂ ਵੀ ਤੇਰੇ ਨਾਲ ਧੱਕਾ ਨਹੀਂ ਕਰਨਾ। ਮੈਂ ਤੈਨੂੰ ਇਸ ਕਰਕੇ ਫੋਨ ਕੀਤਾ ਸੀ, ਗੁਰਚਰਨ ਦੀ ਮਾਂ ਦਾ ਫੋਨ ਆਇਆ ਸੀ, ਉਹ ਪੁੱਛ ਰਹੇ ਸੀ ਕਿ ਕਿੰਨੇ ਕੁ ਬੰਦੇ ਹੋ ਜਾਣਗੇ। ਕੋਈ ਗੱਲ ਨਹੀਂ ਮੰਮੀ, ਦੇਵ ਆਉਂਦੇ ਨੇ, ਮੈਂ ਇਹਨਾਂ ਨੂੰ ਪੁੱਛ ਲੈਂਦੀ ਹਾਂ ਫਿਰ ਤੁਹਾਨੂੰ ਦੱਸ ਦਿੰਦੀ ਹਾਂ। ਹਾਂ ਪੁੱਤ, ਮੈਨੂੰ ਪੁੱਛ ਕੇ ਦੱਸ ਦੀ, ਸ਼ਗਨਾਂ ਦਾ ਕੰਮ ਆ, ਅਗਲੇ ਨੇ ਵੀ ਤਿਆਰੀ ਕਰਨੀ ਹੁੰਦੀ ਆ, ਕੋਈ ਮਾੜੀ ਮੋਟੀ ਗੱਲ ਥੋੜ੍ਹੀ ਆ। ਹਾਂਜੀ ਹਾਂਜੀ ਮੰਮੀ, ਮੈਂ ਪੱਕਾ ਇਹਨਾਂ ਨਾਲ ਗੱਲ ਕਰਕੇ ਤੁਹਾਨੂੰ ਦੱਸ ਦਿੰਦੀ ਹਾਂ। ਚੰਗਾ ਪੁੱਤ, ਆਪਣਾ ਧਿਆਨ ਰੱਖੀ। ਕੋਈ ਨਾ ਕੋਈ ਤਾਂ ਗੱਲ ਹੈਗੀ ਆ, ਮਿੰਦੋ ਦੀ ਸੱਸ ਦਾ ਸੁਭਾਅ ਵੀ ਇਹੋ ਜਿਹਾ ਹੀ ਆ, ਉਹ ਬੋਲਣ ਲੱਗੇ ਦੇਖਦੀ ਨਹੀਂ, ਤੇ ਕਿਰਨ ਦਾ ਸੁਭਾਅ ਵੀ ਕੱਬਾ ਹੀ ਆ। ਕੋਈ ਨਾ ਕੋਈ ਗੱਲ ਜ਼ਰੂਰ ਹੋਈ ਆ, ਪਰ ਗੱਲ ਹੋਈ ਕੀ ਆ?